ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਏਕ ਓਂਕਾਰ 'ਤੇ। ਅੱਜ ਗੱਲ ਕਰਾਂਗੇ ਨਿਰਮੋਹ ਦੀ ਲੜਾਈ ਬਾਰੇ। ਜਦੋਂ ਪਹਾੜੀ ਰਿਆਸਤਾਂ ਦੇ ਰਾਜਿਆਂ ਦੀ ਮਿਲਵੀ ਤਾਕਤ ਕਾਮਯਾਬ ਨਾ ਹੋਈ ਤਾਂ ਉਹ ਇੱਕ ਵਾਰ ਫਿਰ ਇਕੱਠੇ ਹੋਏ ਅਤੇ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੰਘਾਂ ਦੀ ਵੱਧਦੀ ਤਾਕਤ ਨੂੰ ਰੋਕਿਆ ਜਾਵੇ। ਅਤੇ ਉਹਨਾਂ ਨੇ ਇਸ ਵਾਰ ਵੀ ਇਹੀ ਫੈਸਲਾ ਕੀਤਾ ਕਿ ਮੁਗਲਾਂ ਤੋਂ ਕੋਈ ਮਦਦ ਨਹੀਂ ਲਈ ਜਾਊਗੀ। ਪਰ ਵਿੱਚੋਂ ਰਾਜਿਆਂ ਨੇ ਇਹ ਸਲਾਹ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਤਰ੍ਹਾਂ ਅਤੇ ਉਹਨਾਂ ਦੇ ਸਿੰਘਾਂ ਨੂੰ ਅਨੰਦਪੁਰ ਦੇ ਕਿਲੇ ਤੋਂ ਬਾਹਰ ਲਿਆਂਦਾ ਜਾਵੇ, ਫਿਰ ਆਪਾਂ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਖਤਮ ਕਰ ਸਕਦੇ ਹਾਂ। ਤਾਂ ਇੱਕ ਫਿਰ ਪੰਮੇ ਪੁਰੋਹਿਤ ਦੀ ਸਲਾਹ ਨਾਲ ਉਹਨਾਂ ਨੇ ਇੱਕ ਚਾਲ ਚੱਲੀ ਕਿ ਉਹਨਾਂ ਨੇ ਇੱਕ ਆਟੇ ਦੀ ਗਊ ਬਣਾ ਕੇ ਅਤੇ ਇੱਕ ਚਿੱਠੀ ਨਾਲ ਚਿੱਠੀ ਲਿਖ ਕੇ ਲੋਹਗੜ੍ਹ ਦੇ ਕਿਲੇ ਤੱਕ ਪਹੁੰਚਾਤੀ, ਜਿਹ 'ਚ ਲਿਖਿਆ ਹੋਇਆ ਸੀਗਾ ਕਿ ਤੁਸੀਂ ਹੁਣ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਆ ਜਾ ਸਕਦੇ ਹੋਗੇ, ਕਿਤੇ ਵੀ ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ, ਅਸੀਂ ਆਪਣੀ ਗਊ ਮਾਤਾ ਦੀ ਸਹੁੰ ਖਾਂਦੇ। ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਦੀ ਚਾਲ ਪਹਿਲੇ ਹੀ ਸਮਝ ਗਏ ਸੀ, ਉਹਨਾਂ ਨੂੰ ਪਤਾ ਸੀਗਾ ਕਿ ਇਹ ਧੋਖਾ ਦੇਣਗੇ, ਇਹ ਸਾਨੂੰ ਕਿਲੇ ਤੋਂ ਬਾਹਰ ਕੱਢਣਾ ਚਾਹੁੰਦੇ ਨੇ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਕਿ ਕੋਈ ਗੱਲ ਨਹੀਂ, ਇਹਨਾਂ ਨੂੰ ਅਸੀਂ ਕਿਲਾ ਵੀ ਛੱਡਾਂਗੇ, ਇਹਨਾਂ ਨੂੰ ਬਾਹਰ ਵੀ ਦੋ ਦੋ ਹੱਥ ਕਰ ਲੈਣ ਦੇ, ਵੀ ਇਹਨਾਂ ਦਾ ਬਾਹਰ ਵੀ ਦੇਖ ਲੈਣ ਵੀ ਸਿੰਘਾਂ 'ਚ ਕਿੰਨਾ ਦਵਾਂਗਾ। ਅਤੇ ਦੂਜਾ ਕਾਰਨ ਅਨੰਦਪੁਰ ਸਾਹਿਬ ਛੱਡਣ ਦਾ ਇਹ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ 'ਚ ਇਹ ਚਾਹੁੰਦੇ ਨਹੀਂ ਸੀਗੇ, ਕਿਉਂਕਿ ਕਈ ਹਫ਼ਤਿਆਂ ਤੋਂ ਯੁੱਧ ਦੀ ਜਿਹੜਾ ਲਗਾਤਾਰ ਚੱਲ ਰਿਹਾ ਸੀਗਾ ਅਤੇ ਖੂਨ ਖਰਾਬਾ ਹੋ ਰਿਹਾ ਸੀਗਾ, ਅਤੇ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸੀਗੇ ਕਿ ਕੁਛ ਵਕਤ ਲਈ ਸ਼ਾਂਤੀ ਰਹੇ। ਅਤੇ ਇਸੇ ਕਰਕੇ ਉਹ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਛੱਡ ਕੇ ਸੈਨਾ ਲੈ ਕੇ ਨਿਰਮੋਹ ਨਾਮ ਦੀ ਥਾਂ 'ਤੇ ਪਹੁੰਚ ਗਏ, ਜਿੱਥੇ ਇੱਕ ਉੱਚੇ ਟਿੱਬੇ 'ਤੇ ਉਹਨਾਂ ਨੇ ਜਾ ਕੇ ਇੱਕ ਮੋਰਚਾ ਲਾ ਲਿਆ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਹਮਲਾ ਕਰਨਗੇ ਅਤੇ ਉਹ ਚਾਹੁੰਦੇ ਸੀਗੇ ਗੁਰੂ ਗੋਬਿੰਦ ਸਿੰਘ ਕਿ ਪਹਾੜੀ ਰਾਜਿਆਂ ਦਾ ਭੁਲੇਖਾ ਨਿਕਲ ਜੇ ਕਿ ਉਹ ਕਿਲੇ ਦੇ ਅੰਦਰ ਬੰਦ ਨੇਗੇ, ਤਾਂ ਹੀ ਉਹ ਸਿੰਘਾਂ ਦਾ ਕੋਈ ਕੁਛ ਵਿਗਾੜ ਨਹੀਂ ਸਕੇ। ਅਤੇ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਫਿਰ ਕਿਲਾ ਛੱਡ ਕੇ ਬਾਹਰ ਆਏ ਵੀ ਕੋਈ ਨਹੀਂ, ਹੁਣ ਤੁਸੀਂ ਬਾਹਰ ਵੀ ਸਿੰਘਾਂ ਨਾਲ ਦੋ ਦੋ ਹੱਥ ਕਰਕੇ ਦੇਖ ਲਓ, ਤੁਹਾਨੂੰ ਬਾਹਰ ਵੀ ਨਹੀਂ ਅਸੀਂ ਤੁਹਾਡੇ ਬਸ 'ਚ ਆਉਣੇ ਹੈਗੇ। ਤਾਂ ਉੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਰਮੋਹ ਦੀ ਥਾਂ 'ਤੇ ਪਹੁੰਚ ਗਏ, ਉੱਥੇ ਮੋਰਚਾ ਲਾ ਲਿਆ ਉਹਨਾਂ ਨੇ, ਤਾਂ ਉੱਥੋਂ ਫਿਰ ਕਹਿਲੂਰੀਆ ਰਾਜਾ ਅਤੇ ਹੰਡੂਰੀਆ ਰਾਜਾ ਪਹਿਲੀ ਤਾੜ 'ਚ ਬੈਠੇ ਸੀ ਅਤੇ ਆਪਣੀ ਫੌਜ ਲੈ ਕੇ ਪਹੁੰਚ ਗਏ ਅਤੇ ਉਹਨਾਂ ਨੇ ਹਮਲਾ ਕਰਤਾ ਨਿਰਮੋਹ 'ਤੇ। ਅਤੇ ਨਾਲ ਹੀ ਉੱਥੇ ਫਿਰ ਪਹਾੜੀ ਇਹਨਾਂ ਰਾਜਿਆਂ ਨੇ ਦੋ ਤੋਪਚੀ ਬੁਲਵਾਏ ਹੋਏ ਸੀਗੇ ਮੁਗਲ ਫੌਜ ਦੇ, ਜਿਨ੍ਹਾਂ ਕੋਲ ਤੋਪ ਸੀ, ਤਾਂ ਉਹਨਾਂ ਨੇ ਜਦੋਂ ਇੱਕ ਤੋਪ ਦਾ ਗੋਲੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਿੰਘ ਨੂੰ ਸ਼ਹੀਦ ਵੀ ਕਰਤਾ ਸੀ, ਪਰ ਬਾਅਦ 'ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੋਨਾਂ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਇਆ ਸੀ ਅਤੇ ਤੋਪਚੀ ਦੋਨੋਂ ਖਤਮ ਕਰਤੇ ਸੀ। ਅਤੇ ਉਦੋਂ ਫਿਰ ਨਿਰਮੋਹ ਦੀ ਲੜਾਈ ਹੋਈ, ਜ਼ਬਰਦਸਤ ਪੂਰਾ ਘਮਸਾਨ ਦਾ ਯੁੱਧ ਹੋਇਆ, ਜਿੱਥੋਂ ਕਿ ਪਹਾੜੀ ਰਾਜਿਆਂ ਨੂੰ ਫਿਰ ਭੱਜਣਾ ਪੈ ਗਿਆ ਅਤੇ ਉਹ ਡਰ ਕੇ ਫਿਰ ਭੱਜ ਗਏ। ਅਤੇ ਇਸ ਤਰ੍ਹਾਂ ਨਿਰਮੋਹ ਦੀ ਲੜਾਈ ਵੀ, ਨਿਰਮੋਹ ਦਾ ਮੈਦਾਨ ਵੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੰਘਾਂ ਦੇ ਹੱਕ 'ਚ ਹੀ ਰਿਹਾ।